ਮਾਸਟਰ ਕੈਡਰ ਜੁਨੀਅਨ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਮਾਸਟਰ ਕੈਡਰ 41 ਕਾਰਡ ਭਰਤੀ ਨਾਲ ਸੰਬੰਧਿਤ ਬਹੁਤ ਵੱਡੀ ਅਪਡੇਟ ਹੁਣੇ-ਹੁਣੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਆਈ ਹੈ ਡਿਪਾਰਟਮੈਂਟ ਵੱਲੋਂ ਇੱਕ ਅਫੀਸ਼ੀਅਲ ਲੈਟਰ ਜਾਰੀ ਕਰਦੇ ਹੋਏ ਇਹ ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਕਿ ਉਹਨਾਂ ਦੇ ਜਿਨ੍ਹਾਂ ਨੇ 41 ਕਾਰਡ ਭਰਤੀ ਨਾਲ ਸੰਬੰਧਿਤ ਅਫੀਸ਼ੀਅਲ ਲੈਟਰ ਸੀਗੇ ਬੇਸ਼ੱਕ ਉਹ ਸਿਲੈਕਟਰ ਨੇ ਬੇਸ਼ੱਕ ਉਹ ਅਨਸਿਲੈਕਟਡ ਨੇ ਉਹਨਾਂ ਦੇ ਜਿੰਨੇ ਨਿਯੁਕਤੀ ਪੱਤਰ ਸੀ ਉਹ ਸਾਰੇ ਨਿਯੁਕਤੀ ਪੱਤਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਹੁਣ ਕਿਸੇ ਦਾ ਵੀ ਨਿਯੁਕਤੀ ਪੱਤਰ ਜਿਹੜਾ ਮਾਨਤਾ ਪ੍ਰਾਪਤ ਨਹੀਂ ਰਹੂਗਾ ਸਾਰੇ ਨਿਯੁਕਤੀ ਪੱਤਰ ਰੱਦ ਹੋ ਚੁੱਕੇ ਨੇ ਤਾਂ ਇਹਦੇ ਸਬੰਧ ਦੇ ਵਿੱਚ ਇੱਕ ਲੈਟਰ ਹੈ ਜਿਹੜਾ ਜਾਰੀ ਹੋ ਚੁੱਕਿਆ ਹੈ ਉਹ ਲੈਟਰ ਬਾਰੇ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆ ਕਿ ਕਿਹੜੇ-ਕਿਹੜੇ ਲੈਟਰ ਜਿਹੜੇ ਉਹ ਰੱਦ ਕੀਤੇ ਗਏ ਨੇ ਹਾਲਾਂਕਿ ਇਹ ਲੈਟਰ ਕਾਫੀ ਵੱਡਾ ਹੈ ਪਰ ਇਹਦੇ ਵਿੱਚ ਦੋ ਪੁਆਇੰਟ ਜਿਹੜੇ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਕੈਡਰ ਵਾਸਤੇ ਉਹ ਲਾਸਟ ਵਾਲੇ ਦੋ ਪੁਆਇੰਟ ਨੇ ਅਸੀਂ ਤੁਹਾਨੂੰ ਪ੍ਰੋਪ ਕੇ ਪੰਜਾਬ ਸਰਕਾਰ ਕੇ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਜੋ 15/3/2023 ਨੂੰ ਸੰਮੁਖ ਇੱਕ ਜੋ ਕੇਸ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਰਵਾਈਜ਼ ਅਨਸਰ ਕੀ ਹੋ ਗਈ ਸੀ ਤਾਂ ਉਸ ਤੋਂ ਬਾਅਦ ਤੋਂ ਬਾਅਦ ਜਿੰਨੇ ਕਟਾਲੀ ਕਾਰਡ ਭਰਤੀ ਨਾਲ ਸੰਬੰਧਿਤ ਜਿਹੜੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸੀ ਜਿਹੜੇ ਕਿ 5 ਤਰੀਕ 51718191101 ਤੇ 161 ਜਾਨੀ ਕਿ 5 ਤਰੀਕ ਨੂੰ ਸੀਐਮਐ ਭਗਵੰਤ ਸਿੰਘ ਵੱਲੋਂ ਲੁਧਿਆਣਾ ਵਿਖੇ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਸੀ ਤਾਂ ਉਸ ਤੋਂ ਬਾਅਦ ਜਿਹੜੇ ਲਗਾਤਾਰ ਆ ਬਾਕੀ ਸਬਜੈਕਟਾਂ ਦੇ ਭਰਤੀ ਬੋਰਡ ਦੇ ਆਫਿਸ ਦੇ ਵਿੱਚ ਜਿਹੜੇ ਕਿ 7 8 9 10 ਤੇ 16 ਤਰੀਕ ਨੂੰ ਜਿਹੜੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸੀ ਉਹ ਸਾਰੇ ਨਿਯੁਕਤੀ ਪੱਤਰ ਹੁਣ ਤੁਹਾਡੇ ਰੱਦ ਹੋ ਚੁੱਕੇ ਨੇ ਤਾਂ ਮੇਨ ਪੁਆਇੰਟ ਜਿਹੜਾ ਇਸ ਤੋਂ ਅਗਲਾ ਪੁਆਇੰਟ ਹੈ ਕਿ ਤੁਹਾਨੂੰ ਭਰਤੀ ਬੋਰਡ ਵੱਲੋਂ 41 ਕਾਡ ਮਾਸਟਰ ਕੈਡਰ ਦੀ ਸੋਧੀ ਹੋਈ ਮੈਰਿਟ ਅਨੁਸਾਰ ਜਿਹੜੇ ਨਵੇਂ ਨਿਯੁਕਤੀ ਪੱਤਰ ਨੇ ਉਹ ਜਲਦੀ ਵੱਖਰੇ ਤੌਰ ਤੇ ਵਿਭਾਗ ਦੀ ਵੈੱਬਸਾਈਟ ਤੇ ਜਿਹੜੇ ਅਪਲੋਡ ਕਰ ਦਿੱਤੇ ਜਾਣਗੇ ਇਹ ਹੁਣ ਦੀ ਅਪਡੇਟ ਸੀਗੀ ਜਿਹੜੇ ਤੁਹਾਡੇ ਪੁਰਾਣੇ ਨਿਯੁਕਤੀ ਪੱਤਰ ਨੇ ਜਿਹੜੇ ਮੈਡ ਚੋਂ ਬਾਹਰ ਹੋ ਚੁੱਕੇ ਨੇ ਉਹ ਉਹਨਾਂ ਸਾਰੇ ਸਾਥੀਆਂ ਦੇ ਨਿਯੁਕਤੀ ਪੱਤਰ ਜਿਹੜੇ ਰੱਦ ਕਰ ਦਿੱਤੇ ਗਏ ਨੇ ਜਿਹੜੇ ਸਿਲੇਕਟਡ ਨੇ ਉਹਨਾਂ ਦੇ ਵੀ ਨਿਯੁਕਤੀ ਪੱਤਰ ਫਿਲਹਾਲ ਜਿਹੜੇ ਰੱਦ ਕੀਤੇ ਗਏ ਨੇ ਤੁਹਾਨੂੰ ਵੱਖਰੇ ਤੌਰ ਤੇ ਜਿਹੜੇ ਨਿਯੁਕਤੀ ਪੱਤਰ ਨੇ ਉਹ ਦੁਬਾਰਾ ਤੋਂ ਜਾਰੀ ਕੀਤੇ ਜਾਣਗੇ ਇਸ ਕਰਕੇ ਤੁਸੀਂ ਡਿਪਾਰਟਮੈਂਟ ਦੀ ਸਾਈਟ ਤੇ ਸਾਡੇ ਚੈਨਲ ਤੇ ਬਣੇ ਰਹੋ ਜਦੋਂ ਵੀ ਇਹਦੇ ਤੇ ਕੋਈ ਅਪਡੇਟ ਆਊਗੀ ਜਿਹੜੇ ਤੁਹਾਡੇ ਨਿਯੁਕਤੀ ਪੱਤਰ ਨੇ ਜਾਰੀ ਹੋਣਗੇ ਤਾਂ ਆਪਾਂ ਤੁਹਾਨੂੰ ਵੀਡੀਓ ਪਾ ਕੇ ਸਾਰੀ ਜਾਣਕਾਰੀ ਦੇ ਦਾਂਗੇ ਚੈਨਲ ਤੇ ਬਣੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ